ਸਵਾਗਤ ਆ ਤੁਹਾਡਾ ਅੱਜ ਦੇ ਨਵੇਂ ਆਈ ਵਲੋਗ ਦੇ ਵਿੱਚ। ਵੈਲਕਮ ਆ ਨਵੀਂ ਵੀਡੀਓ ਦੇ ਨਾਲ। ਅਤੇ ਅੱਜ ਅਸੀਂ ਬਿਲਕੁਲ ਆਊਟਲਾਈਨਿੰਗ ਡਿਜ਼ਾਇਨ ਤਿਆਰ ਕਰਨ ਲੱਗੇ ਹਾਂ, ਜਿਹੜਾ ਕਿ ਮੋਰਨੀ ਡਿਜ਼ਾਇਨ ਆ। ਅਤੇ ਇਹ ਕੁੜਤਾ ਬਾਰਡਰ ਡਿਜ਼ਾਇਨ ਆ, ਜਾਂ ਆਪਾਂ ਲੇਡੀ ਸੂਟ ਕੋਰਨਰ ਡਿਜ਼ਾਇਨ ਕਹਿ ਸਕਦੇ ਹਾਂ ਇਹਨੂੰ। ਅਤੇ ਇਹ ਮੋਰਨੀ ਦੀ ਸ਼ੇਪ ਵਿੱਚ ਆਪਾਂ ਤਿਆਰ ਕੀਤਾ ਹੈ। ਬਾਕੀ ਦੇਖਿਓ, ਡਰੋ ਕਰ ਲਿਆ ਸੀਗਾ, ਸਿਰਫ ਜਸਟ ਇਹ ਆਊਟਲਾਈਨਿੰਗ ਨਾਲ ਇੱਕ ਤਿਆਰ ਹੋਣਾ ਹੈ ਡਿਜ਼ਾਇਨ। ਤੁਸੀਂ ਇਸ ਡਿਜ਼ਾਇਨ ਨੂੰ ਆਊਟਲਾਈਨਿੰਗ ਨਾਲ ਤਿਆਰ ਕਰ ਸਕਦੇ ਹੋ। ਵੈਸੇ ਇਸ ਡਿਜ਼ਾਇਨ ਨੂੰ ਆਪਾਂ ਪੇਂਟ ਵੀ ਕਰ ਸਕਦੇ ਹਾਂ, ਪਰ ਆਪਾਂ ਆਊਟਲਾਈਨਿੰਗ ਕਰਕੇ ਤਿਆਰ ਕਰਕੇ ਦਿਖਾਉਣਾ ਤੁਹਾਨੂੰ। ਬਣੇ ਰਹੋ ਸਾਡੇ ਚੈਨਲ 'ਤੇ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੇ, ਅਤੇ ਬੈੱਲ ਆਈਕਨ ਨੱਪ ਲਿਓ ਜੇ, ਤਾਂ ਜੋ ਵੀਡੀਓ ਦਾ ਨੋਟੀਫਿਕੇਸ਼ਨ ਨਵੀਂ ਤੋਂ ਤੁਹਾਡੇ ਕੋਲ ਪਹੁੰਚ ਸਕੇ ਛੇਤੀ। ਬਾਕੀ ਆਪਾਂ ਕਰਦੇ ਹਾਂ ਤਿਆਰ, ਬਣੇ ਰਹੋ ਸਾਡੇ ਚੈਨਲ ਦੇ ਉੱਪਰ ਵੀਡੀਓ ਨੂੰ ਦੇਖਣ ਲਈ। ਵੀਡੀਓ ਨੂੰ ਸਕਿੱਪ ਨਾ ਕਰਿਓ, ਵੀਡੀਓ ਪੂਰੀ ਦੇਖਿਓ, ਤਾਂ ਜੋ ਤੁਸੀਂ ਦੇਖ ਸਕੋ ਕਿ ਆਪਾਂ ਕਿਵੇਂ ਆਊਟਲਾਈਨਿੰਗ ਤਿਆਰ ਕੀਤੀ ਆ। ਇਹ ਚੀਜ਼ਾਂ ਕਾਫੀ ਸਾਰੀਆਂ ਨੇ ਜਿਹੜੀਆਂ ਕਿ ਆਪਾਂ ਥੱਕ ਸਕਦੇ ਹਾਂ, ਪਰ ਇਹ ਚੀਜ਼ਾਂ ਖਤਮ ਨਹੀਂ ਹੋ ਸਕਦੀਆਂ ਪੇਂਟਿੰਗ ਵਾਲੀਆਂ। ਅਤੇ ਤਾਂ ਹੀ ਆਪਾਂ ਤੁਹਾਨੂੰ ਸਿਖਾਉਂਦੇ ਰਹਿੰਦੇ ਹਾਂ, ਵੀਡੀਓ ਤੁਹਾਨੂੰ ਦਿਖਾਉਂਦੇ ਰਹਿੰਦੇ ਹਾਂ ਨਵੀਂ ਤੋਂ ਨਵੀਂ ਪੇਂਟਿੰਗ ਦੀ। ਇਹੋ ਚੀਜ਼ਾਂ ਦੇਖ ਕੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ, ਤਾਂ ਜੋ ਅਸੀਂ ਉਹਨੂੰ ਦੇਖ ਕੇ ਅੱਗੇ ਹੋਰ ਸੋਹਣੀਆਂ ਸੋਹਣੀਆਂ ਵੀਡੀਓ ਪਾ ਸਕੀਏ, ਤੁਹਾਨੂੰ ਦਿਖਾ ਸਕੀਏ। ਬਾਕੀ ਆਪਾਂ ਕਰਦੇ ਹਾਂ ਪੇਂਟਿੰਗ, ਦਿਖਾਉਣੀ ਆ ਤੁਹਾਨੂੰ ਪੇਂਟਿੰਗ ਕਿਵੇਂ ਤਿਆਰ ਹੁੰਦੀ ਆ।
ਇਹ ਅੰਦਰ ਏ ਸੀ ਦੀ ਪ੍ਰੋਬਲਮ ਕਰਕੇ ਥੋੜ੍ਹਾ ਜਿਹਾ ਜਿਹੜਾ ਸਾਡਾ ਵਾਈਟ ਕਲਰ ਆ ਉਹ ਲਾਈਟ ਸ਼ੇਡ ਹੋ ਰਿਹਾ, ਅਤੇ ਬਾਕੀ ਆਪਾਂ ਨੂੰ ਡਾਰਕ ਕਰ ਰਹੇ ਹਾਂ। ਅੱਜ ਆਊਟਲਾਈਨਿੰਗ ਜੀ ਨਾਲ ਆਪਾਂ ਪੇਂਟਿੰਗ ਤਿਆਰ ਕੀਤੀ ਆ ਅਤੇ ਡਾਰਕ ਕਰਨ ਦੇ ਵਿੱਚ ਉਹਨੂੰ ਪ੍ਰੋਬਲਮ ਆ ਰਹੀ ਹੈ ਥੋੜ੍ਹੀ ਜਿਹੀ ਆਪਾਂ ਨੂੰ। ਉਹ ਤਾਂ ਇਹ ਜਿਹੜਾ ਡਿਜ਼ਾਈਨ ਆਪਾਂ ਤਿਆਰ ਕੀਤਾ ਹੈ ਕਿ ਤੁਸੀਂ ਡਬਲ ਸ਼ੇਡ ਦੇ ਕੇ ਉੱਤੇ ਕਲਰ ਫਿੱਲ ਕਰ ਸਕਦੇ ਹੋ, ਬਰੀਕ ਪਹਿਲਾਂ ਬਰੀਕ ਸ਼ੇਡ ਦੇ ਵਿੱਚ ਵਾਈਟ ਕਲਰ ਦੇ ਕੇ ਫਿਰ ਉੱਪਰ ਕਲਰ ਫਿੱਲ ਕਰ ਸਕਦੇ ਹੋ, ਕਿਉਂਕਿ ਹਵਾ ਦੇ ਕਾਰਨ ਸੁੱਕ ਕੇ ਬਿਲਕੁਲ ਲਾਈਟ ਹੋ ਰਿਹਾ ਕਲਰ, ਅਤੇ ਤਾਂ ਕਰਕੇ ਸਾਨੂੰ ਡਾਰਕ ਕਰਨਾ ਪੈ ਰਿਹਾ ਕਿਉਂਕਿ ਆਪਣੀ ਪੇਂਟਿੰਗ ਤਿਆਰ ਆ। ਇਸੇ ਤਰ੍ਹਾਂ ਹੀ ਹੋਰ ਪੇਂਟਿੰਗ ਆਪਾਂ ਡੇਲੀ ਨਵੀਆਂ ਲੈ ਕੇ ਆਉਂਦੇ ਰਹਿੰਦੇ ਹਾਂ, ਤੁਹਾਨੂੰ ਦਿਖਾਉਂਦੇ ਰਹਿੰਦੇ ਹਾਂ। ਇਹ ਜਿਹੜਾ ਅੱਜ ਆਪਾਂ ਤਿਆਰ ਕੀਤਾ ਹੈ ਇਹ ਲੇਡੀ ਸੂਟ ਕੋਰਨਰ ਡਿਜ਼ਾਇਨ ਮੋਰਨੀ ਹੈ, ਮੋਰਨੀ ਡਿਜ਼ਾਇਨ ਆ ਜਿਹੜਾ ਆਪਾਂ ਲੇਡੀ ਸੂਟ ਲਈ ਤਿਆਰ ਕੀਤਾ ਹੈ। ਆਪਾਂ ਜ਼ਿਆਦਾਤਰ ਲੇਡੀ ਸੂਟ ਲਈ ਡਿਜ਼ਾਇਨ ਕਰਕੇ ਤਿਆਰ ਤੁਹਾਨੂੰ ਦੇ ਰਹੇ ਹਾਂ। ਲਓ ਜੀ ਅੱਜ ਦੀ ਪੇਂਟਿੰਗ ਆਪਣੀ ਬਣ ਕੇ ਤਿਆਰ ਆ, ਤੁਹਾਡੇ ਸਾਹਮਣੇ ਆਪਾਂ ਪੇਂਟਿੰਗ ਤਿਆਰ ਕਰ ਲਈ ਹੋਈ ਆ। ਬਾਕੀ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਜੇ ਆਪਾਂ ਪੇਂਟਿੰਗ ਕਿਹੋ ਜਿਹੀ ਤਿਆਰ ਕੀਤੀ ਆ, ਅਤੇ ਇਸੇ ਤਰ੍ਹਾਂ ਹੋਰ ਪੇਂਟਿੰਗਾਂ ਦੇਖਣ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੇ। ਬਾਕੀ ਆਪਾਂ ਮਿਲਦੇ ਹਾਂ ਨਵੀਂ ਵੀਡੀਓ ਅਤੇ ਨਵੀਂ ਪੇਂਟਿੰਗ ਦੇ ਨਾਲ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਰੱਬ ਰਾਖਾ, ਜਿਉਂਦੇ ਵਾਸਤੇ ਰਹੋ, ਖੁਸ਼ੀਆਂ ਮਾਣੋ, ਚੈਨਲ ਨੂੰ ਕਰੋ ਸਬਸਕ੍ਰਾਈਬ, ਬੈੱਲ ਆਈਕਨ ਦਬਾਓ ਅਤੇ ਸੋਹਣੇ ਸੋਹਣੇ ਜੇ ਕਮੈਂਟ ਕਰ ਦਿਓ ਤਾਂ ਜੋ ਤੁਸੀਂ ਹੋਰ ਨਵੀਆਂ ਵੀਡੀਓ ਦੇਖ ਸਕੋ। ਅਤੇ ਬਾਕੀ ਇਹ ਤੁਹਾਡੇ ਅੱਗੇ ਫਿਰ ਦੁਬਾਰਾ ਤੋਂ ਰਿਕੁਐਸਟ ਆ ਸਾਡੀਆਂ ਨਵੀਆਂ ਪੇਂਟਿੰਗ ਵਾਲੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਅਤੇ ਬੈੱਲ ਆਈਕਨ ਅਪਲੋ ਤਾਂ ਜੋ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਆਵੇ। ਲਾਸਟ ਦੇ ਵਿੱਚ ਸਕੈਨਰ ਹੁੰਦਾ ਹੈ, ਉਹਦੇ 'ਤੇ ਜਾ ਕੇ ਆਈ ਡੀ 'ਤੇ ਫੋਲੋ ਕਰ ਲਓ। ਧੰਨਵਾਦ, ਗੁੱਡ ਨਾਈਟ।